ਸਸਕਾਰ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜਛਾਂ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਮੈਂ ਹਾਂ ਗਗਨਦੀਪ ਸਿੰਘ ਮੇਰੇ ਨਾਲ ਸਟੂਡੀਓ ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰੇਂਦਰ ਡੱਲਾ ਜੀ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਚਰਚਾ ਰਹੇਗੀ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਉੱਤੇ ਕਾਂਗਰਸ ਦੇ ਵਿੱਚ ਅੰਦਰੋਂ ਅੰਤਰੀ ਨਵੇਂ ਮੋੜ ਆਉਂਦੇ ਜਾ ਰਹੇ ਨੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਵਾਲੀ ਗੇਂਦ ਹਾਈ ਕਮਾਂਡ ਦੇ ਪਾਲੇ ਦੇ ਵਿੱਚ ਛੱਡ ਦਿਤੀ ਹੈ ਕਿ ਜੇਕਰ ਹਾਈ ਕਮਾਂਡ ਜੋ ਵੀ ਫੈਸਲਾ ਲਾਏਗੀ ਮੈਨੂੰ ਮਨਜ਼ੂਰ ਹੋਏਗਾ ਇਸ ਦੇ ਉੱਤੇ ਗੱਲਬਾਤ ਰਹੇਗੀ ਪ੍ਰੋਗਰਾਮ ਦੇ ਵਿੱਚ ਹਰੀਸ਼ਰਾਵਤ ਦੇ ਵੱਲੋਂ ਆਪਣੀਆਂ ਰਿਪੋਰਟਾਂ ਹਾਈ ਕਮਾਂਡ ਨੂੰ ਦੇ ਦਿੱਤੀਆਂ ਗਈਆਂ ਨੇ ਜੋ ਵਿਸਿੱਧੂ ਅਤੇ ਕੈਪਟਨ ਦੇ ਵਿਚਕਾਰ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ ਉਧਰ ਇਸ ਰੇਡਕੇ ਦੇ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸ਼ਮਸ਼ੀਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਪਾ ਨੂੰ ਵੀ ਸੱਤਾ ਮਾਰਿਆ ਗਿਆ ਕਿ ਇਸ ਦਾ ਸਿਆਸੀ ਤੌਰ ਦੇ ਉੱਤੇ ਮੰਤਕ ਹੋ ਸਕਦਾ ਹੈ ਉਸ ਦੇ ਉੱਤੇ ਚਰਚਾ ਰਹੇਗੀ ਉਧਰ ਮੁਨੀਸ਼ਤ ਵਾੜੀ ਦੇ ਵੱਲੋਂ ਵੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਤੇ ਜੋ ਹਾਈਵੇ ਬਣਨਾ ਸੀ ਉਸ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਹੈ ਕਿ ਆਖਰਕਾਰ ਉਸ ਦਾ ਕੰਮ ਕਰ ਕਿਉਂ ਰੁਕਿਆ ਹੈ ਖੋਲੇ ਮੁਹੱਲੇ ਦੇ ਮੌਕੇ ਤੇ ਕਰੋਨਾ ਦੀ ਟੈਸਟ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ ਇਸ ਟੈਸਟ ਰਿਪੋਰਟ ਦੇ ਵਿੱਚ ਚੁਣੌਤੀਆਂ ਸਰਕਾਰ ਅਤੇ ਪ੍ਰਸ਼ਾਸਨ ਦੇ ਲਈ ਵੱਡੀਆਂ ਨੇ ਉਸ ਤੇ ਵੀ ਗੱਲ ਪੱਤਰੇਗੀ ਸਭ ਤੋਂ ਪਹਿਲਾਂ ਡੱਲਾ ਸਭ ਦਾ ਸਵਾਗਤ ਫਿਰ ਇੱਕ ਇੱਕ ਕਰਕੇ ਚਰਚਾ ਦੇ ਵੱਲ ਵੱਤਾਂਗੇ ਡੱਲਾ ਨੂੰ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਹਾਡਾ ਵੀ ਬੱਲਾਸਾਬੂਦਰ ਹੁਣ ਜੇਕਰ ਕਾਂਗਰਸ ਦੇ ਅੰਦਰੂਨੀ ਗੇਮ ਤੇ ਬਲਬਤੀਏ ਤਾਂ ਕਿਦਾਂ ਵੇਖ ਰਹੇ ਹੋ ਕਦੇ ਹੁਣ ਇਹ ਸਿੱਧੂ ਵਾਲੀ ਗੇਮ ਕਦੇ ਕੈਪਟਨ ਅਮਰਿੰਦਰ ਸਿੰਘ ਦੀ ਪਾਲੇ ਦੇ ਵਿੱਚ ਹੁੰਦੀ ਹੈ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਗੇਮ ਨੂੰ ਹਾਈ ਕਮਾਂਡ ਦੇ ਪਾਲੇ ਦੇ ਵਿੱਚ ਛੱਡ ਦਿੱਤਾ ਹੈ ਕਿਦਾਂ ਵੇਖ ਰਹੇ ਹੋ ਤੁਸੀਂ ਇਹਨਾਂ ਬਿਆਨਾਂ ਨੂੰ ਦੇਖੋ ਅਸਲ ਦੇ ਵਿੱਚ ਪੱਤਰਕਾਰਾਂ ਨੇ ਸਵਾਲ ਬਹੁਤ ਕੀਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੋ ਜਦੋਂ ਕ੍ਰਾਸ ਕੁਐਸਚਨਿੰਗ ਹੁੰਦੀ ਹੈ ਉਦੋਂ ਜਿਹੜੇ ਸਿਆਣੇ ਲੀਡਰ ਨੇ ਉਹ ਬਹੁਤ ਸਫਾਈ ਦੇ ਨਾਲ ਆਪਣੇ ਆਪ ਨੂੰ ਬਚਾ ਕੇ ਨਿਕਲ ਜਾਂਦੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸੇ ਤਰੀਕੇ ਦੀ ਗੱਲ ਕਿ ਜਦੋਂ ਪੱਤਰਕਾਰ ਲਗਾਤਾਰ ਕੈਪਟਨ ਅਮਰਿੰਦਰ ਨੂੰ ਸਵਾਲ ਕਰਦੇ ਨੇ ਤੇ ਕੈਪਟਨ ਅਮਰਿੰਦਰ ਨੇ ਇਹ ਕਿਹਾ ਕਿ ਅਗਰ ਹਾਈ ਕਮਾਂਡ ਪ੍ਰਧਾਨ ਬਣਾਉਂਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਸਵਾਲ ਪੁੱਛਿਆ ਵੀ ਕੀ ਨਵਜੋਤ ਸਿੰਘ ਸਿੱਧੂ ਜੇ ਪ੍ਰਧਾਨ ਬਣਦਾ ਹੈ ਤੇ ਤੁਸੀਂ ਸਵਾਗਤ ਕਰੋਗੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਾ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ ਜਾਂ ਕੀ ਕੈਪਟਨ ਅਮਰਿੰਦਰ ਸਿੰਘ ਹੀ ਚਾਹੁੰਦੇ ਨੇ ਕਿ ਸੁਨੀਲ ਜਾਖੜ ਪ੍ਰਧਾਨ ਰਹਿਣ ਇਸ ਤਰੀਕੇ ਦੇ ਸਵਾਲ ਕੈਪਟਨ ਅਮਰਿੰਦਰ ਨੂੰ ਅਕਸਰ ਹੁੰਦੇ ਨੇ ਪਰ ਕੈਪਟਨ ਅਮਰਿੰਦਰ ਨੇ ਸਪਸ਼ਟ ਤੌਰ ਤੇ ਕਿਹਾ ਤਾਂ ਵੀ ਜੇ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਂਦੀ ਹੈ ਤੇ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਏਗਾ ਤੇ ਇੱਕ ਤਰੀਕੇ ਨਾਲ ਕਿ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈ ਇਹ ਫੈਸਲਾ ਕਿਸ ਨੂੰ ਪ੍ਰਧਾਨ ਬਣਾਉਣਾ ਜਾਂ ਨਾ ਬਣਾਉਣਾ ਹਾਈ ਕਮਾਂਡ ਦਾ ਹੈ ਇੱਕ ਤਰੀਕੇ ਨਾਲ ਕੋਈ ਵੀ ਸਪਸ਼ਟ ਜਵਾਬ ਨਹੀਂ ਗੋਲ ਮੋਲ ਜਵਾਬ ਨੇ ਪੋਲਿਟੀਕਲ ਤੌਰ ਦੇ ਉੱਤੇ ਵੱਡੇ ਲੀਡਰ ਦੰਦੇ ਨੇ ਇਹਦਾ ਮਤਲਬ ਕੀ ਹੁੰਦਾ ਹੈ ਕਿ ਦੁਚਿੱਤੀ ਵਾਲੀ ਸਥਿਤੀ ਬਰਕਰਾਰ ਰਹਿੰਦੀ ਹੈ ਦੂਸਰੇ ਪਾਸੇ ਹਰੀਸ਼ रावत ਕੈਪਟਨ ਅਮਰਿੰਦਰ ਨੂੰ ਵੀ ਮਿਲ ਕੇ ਗਏ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲ ਕੇ ਗਏ ਨੇ ਔਰ ਪਤਾ ਲੱਗਿਆ ਕਿ ਉਹਨਾਂ ਨੇ ਜ਼ੁਬਾਨੀ ਰਿਪੋਰਟ ਸਾਰੀ ਸੌਂਪੀ ਹੈ ਰਾਹੁਲ ਗਾਂਧੀ ਦੀ ਟੀਮ ਨੂੰ ਵੀ ਪ੍ਰਿੰਕਾ ਗਾਂਧੀ ਦੀ ਟੀਮ ਨੂੰ ਸੁਨੀਆ ਗਾਂਧੀ ਦੀ ਟੀਮ ਨੂੰ ਵੀ ਔਰ ਉਹਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਉਹ ਵੀ ਹਾਈ ਕਮਾਂਡ ਨੂੰ ਦੱਸਿਆ ਨੇ ਕਿਉਂਕਿ ਹਾਈ ਕਮਾਂਡ ਵੱਲੋਂ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵਿੱਚ ਸਨਮਾਨਜਨਕ ਥਾਂ ਤੇ ਆਵੇ ਹਰੀਸ਼ रावत ਪਹਿਲਾਂ ਹੀ ਕਹਿ ਚੁੱਕੇ ਨੇ ਪ੍ਰਸ਼ਾਂਤ ਕਿਸ਼ੋਰ ਦਾ ਵੀ ਸੁਝਾਇਆ ਹੈ ਕੈਪਟਨ ਅਮਰਿੰਦਰ ਨੂੰ ਕਿ ਅਗਰ ਕਾਂਗਰਸ ਇਕਜੁੱਟ ਹੋ ਕੇ ਲੜੂਗੀ ਤੇ 2022 ਚ ਸਰਕਾਰ ਬਣਾ ਸਕਦੀ ਹੈ ਇਸ਼ੇ ਕਰਕੇ ਬਾਰ-ਬਾਰ ਕੈਪਟਨ ਅਮਰਿੰਦਰ ਸਿੰਘ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਦੇ ਰਹੇ ਨੇ ਹੁਣ ਪਹਿਲਾਂ ਲੰਚ ਤੇ ਸੱਦੇ ਆ ਫੇਰ ਲੰਚ ਤੇ ਸੱਦੇ ਹੁਣ ਲੰਚ ਨਹੀਂ ਹੋ ਸਕਿਆ ਚਾਹ ਪੀਤੀ ਇਕੱਠੇ ਨੇ ਬੈਹਿ ਕੇ ਦੋਨੇ ਔਰ ਕੈਪਟਨ ਅਮਰਿੰਦਰ ਨੇ ਦੇਖੋ ਕਿੱਡੇ ਮਿੱਠੇ ਸ਼ਬਦ ਵਰਤੇ ਕੈਪਟਨ ਅਮਰਿੰਦਰ ਕਹਿੰਦੇ ਮੈਂ ਤਾਂ ਸਿੱਧੂ ਨੂੰ 2 ਸਾਲ ਦਾ ਸੀ ਉਦੋਂ ਦਾ ਜਾਣਦਾ ਮੈਂ ਕਹਿੰਦੇ ਕੰਮ ਕੀਤਾ ਇਹਨਾਂ ਦੇ ਪਿਤਾ ਜੀ ਨਾਲ ਨਵਜੋਤ ਸਿੱਧੂ ਦੇ ਜਿਹੜੇ ਪਿਤਾ ਜੀ ਸੀ ਉਹ ਬਹੁਤ ਲੰਮਾ ਸਮਾਂ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਚੀਜ਼ਾਂ ਦੇ ਵੀ ਹਵਾਲੇ ਦੇ ਰਹੇ ਇਨਾਂ ਦੇ ਪਿਤਾ ਜੀ ਨੇ ਜਦੋਂ ਉਹ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰਧਾਨ ਸੀ ਉਦੋਂ ਮੇਰੀ ਵੀ ਸਪੋਰਟ ਕੀਤੀ ਮਤਲਬ ਕੈਪਟਨ ਅਮਰਿੰਦਰ ਸਿੰਘ ਹੁਣ ਇੱਕ ਸਿਆਸੀ ਘਾੜੇ ਦੇ ਤੌਰ ਤੇ ਕੰਮ ਕਰ ਰਹੇ ਨੇ ਔਰ ਰਣਨੀਤਿਕ ਮਾਹਰ ਜਿਹੜੇ ਪ੍ਰਸ਼ਾਂਤ ਕਸ਼ੋਰ ਉਹਨਾਂ ਦੀ ਸਲਾਹ ਤੇ ਵੀ ਕੰਮ ਕਰ ਰਹੇ ਨੇ ਕਿਸੇ ਵੀ ਕੀਮਤ ਤੇ ਹੁਣ ਕੈਪਟਨ ਅਮਰਿੰਦਰ ਦਾ ਟਾਰਗੇਟ ਹੈ ਕਿ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਆ ਜੇ ਇਸੇ ਕਰਕੇ ਪ੍ਰਧਾਨਗੀ ਦੇ ਮਸਲੇ ਤੇ ਗੋਲਮੋਲ ਜਵਾਬ ਉਹਨਾਂ ਨੇ ਦਿੱਤਾ ਹਾਲਾਂਕਿ ਕੈਪਟਨ ਅਮਰਿੰਦਰ ਧੰਨਵਾਦ ਸੁਨੀਲ ਜਾਖੜ ਦਾ ਵੀ ਕਰ ਗਏ ਕਿ ਜਦੋਂ ਗੱਲ ਹੋਈ ਵੀ ਸੁਨੀਲ ਜਾਖੜ ਨੇ ਤਾਂ ਕਹਿਦਾ ਤੁਹਾਡੀ ਗਵਾਈ ਚ ਟੋਨਾ ਲੜਨੀਆਂ ਨੇ ਕੈਪਟਨ ਕਹਿੰਦੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਸਾਹਿਬ ਅਗਰ ਉਹਨਾਂ ਨੇ ਮੇਰਾ ਨਾਮ ਇਸ ਤਰ੍ਹਾਂ ਬੋਲਿਆ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਰ ਫੈਸਲਾ ਇਹ ਵੀ ਹਾਈ ਕਮਾਂਡ ਨੇ ਕਰਨਾ ਹੈ ਹਰੀਸ਼ रावत ਕਹਿੰਦੇ ਕੈਪਟਨ ਅਮਰਿੰਦਰ ਸਿੰਘ ਵੀ ਹਾਈ ਕਮਾਂਡ ਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਤਜਰਬੇਕਾਰ 79 80 ਸਾਲ ਦੇ ਹੋ ਗਏ ਹੁਣ ਤਾਂ ਜਨਮ ਦਿਨ ਮਨਾਇਆ ਆਪਾਂ ਦੇਖਿਆ ਜੀ ਔਰ ਟਕੜੇ ਪਏ ਨੇ ਕੈਪਟਨ ਅਮਰਿੰਦਰ ਦੇਖੋ ਉਦੋਂ ਉਹਨਾਂ ਦੇ ਪਰਿਵਾਰ ਚ ਬੱਚੀ ਦਾ ਵਿਆਹ ਸੀ ਕੈਪਟਨ ਅਮਰਿੰਦਰ ਨੇ ਕਿੱਡੀ ਸਰਗ ਸੋ ਸ਼ਗਨ ਵਾਲਾ ਗੀਤ ਵੀ ਗਾਇਆ ਕਹਿੰਦੇ ਜੀ ਸੋ ਇਹ ਇਹ ਸਾਰੀਆਂ ਚੀਜ਼ਾਂ ਦਿਖਾ ਰਹੀਆਂ ਨੇ ਕਿ ਪ੍ਰਸ਼ਾਂਤ ਕਿਸ਼ੋਰ ਕਿਤਨਾ ਕਿਤੇ ਜਿਹੜੀ ਸਲਾਹ ਦੇ ਰਹੇ ਨੇ ਹੁਣ ਕੈਪਟਨ ਅਮਰਿੰਦਰ ਨੂੰ ਕੈਪਟਨ ਅਮਰਿੰਦਰ ਉਹਨੂੰ ਇਨਵੇਂ ਲਾਗੂ ਕਰਨਾ ਚਾਹੁੰਦੇ ਨੇ ਹੁਣ ਮਿੱਠਾ ਬਿਆਨ ਕੈਪਟਨ ਅਮਰਿੰਦਰ ਦਾ ਫੇਰ ਆਇਆ ਕਹਿੰਦੇ ਅਗਰ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੀ ਨਾਲ ਆਉਣ ਅਸੀਂ ਇਕੱਠੇ ਹੋ ਕੇ ਇਕਜੁੱਟ ਹੋ ਕੇ ਕਾਂਗਰਸ ਨੂੰ ਅਸੀਂ ਕਰ ਲਈਏ ਤੇ ਉਹਦੇ ਨਾਲ ਪੰਜਾਬ ਦਾ ਬਹੁਤ ਫਾਇਦਾ ਹੈ ਔਰ ਪਿਛਲੇ ਦਿਨਾਂ ਚ ਪਿਛਲੇ ਕੁਝ ਸਮਿਆਂ ਚ ਪ੍ਰਤਾਪ ਬਾਜਵਾ ਦੇ ਸੁਰ ਵੀ ਮੈਨੂੰ ਨਜ਼ਰ ਆਏ ਨੇ ਕੈਪਟਨ ਅਮਰਿੰਦਰ ਦੇ ਪ੍ਰਤੀ ਕਿਉਂਕਿ ਪ੍ਰਤਾਪ ਬਾਜਵਾ ਨੇ ਵੀ ਕਿਤਨਾ ਕਿਤੇ ਮਹਿਸੂਸ ਕੀਤਾ ਹੋਣਾ ਕਿ ਕਿਸਾਨ ਅੰਦੋਲਨ ਦੇ ਵਿੱਚ ਕੈਪਟਨ ਅਮਰਿੰਦਰ ਉਹਨਾਂ ਦੀ ਜਿਹੜੀ ਭੂਮਿਕਾ ਰਹੀ ਹੈ ਉਸ ਤੋਂ ਬਾਅਦ ਇਸ ਵਕਤ ਕੈਪਟਨ ਅਮਰਿੰਦਰ ਦਾ ਖੁੱਲ ਕੇ ਵਿਰੋਧ ਨਹੀਂ ਕੀਤਾ ਜਾ ਸਕਦਾ ਕਾਂਗਰਸ ਦੇ ਅੰਦਰੂਨੀ ਲੀਡਰ ਇਹ ਸੋਚਦੇ ਨੇ ਵੀ ਕੈਪਟਨ ਅਮਰਿੰਦਰ ਕਾਂਗਰਸ 'ਚ ਕਾਫੀ ਤਕੜੇ ਨੇ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਕੈਪਟਨ ਅਮਰਿੰਦਰ ਦੀ ਆਪਣੀ ਸ਼ਖਸੀਅਤ ਦਾ ਪ੍ਰਭਾਵ ਹੈ ਕਿਉਂਕਿ ਉਹ ਰਜੀਵ ਗਾਂਧੀ ਦੇ ਦ ਇਹ ਸਾਰੀਆਂ ਚੀਜ਼ਾਂ ਨੇ ਜਿਹਦੇ ਕਰਕੇ ਕੈਪਟਨ ਅਮਰਿੰਦਰ ਬਹੁਤ ਸੂਝ-ਬੂਝ ਵਾਲੀ ਇਸ ਵਕਤ ਸਿਆਸਤ ਖੇਡ ਰਹੇ ਨੇ ਹਾਈ ਕਮਾਂਡ ਦੀਆਂ ਲੱਖ ਕੋਸ਼ਿਸ਼ਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਐਡਜਸਟ ਕਰਨ ਦੀਆਂ ਸੈੱਟ ਕਰਨ ਦੀਆਂ ਕੈਪਟਨ ਅਮਰਿੰਦਰ ਸਿੰਘ ਡਿਪਲੋਮੈਟਿਕ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਹੱਲ ਕਰਨਾ ਚਾਹੁੰਦੇ ਨੇ ਹੁਣ ਸਿੱਧੂ ਦਾ ਮਸਲਾ ਨਿਬੜ ਕਿਉਂ ਨਹੀਂ ਰਿਹਾ ਜੋ ਹਾਈ ਕਮਾਂਡ ਚਾਹੁੰਦੀ ਹੈ ਉਹ ਕੈਪਟਨ ਨਹੀਂ ਚਾਹੁੰਦੇ ਜੋ ਨਵਜੋਤ ਸਿੰਘ ਸਿੱਧੂ ਚਾਹੁੰਦਾ ਉਹ ਕੈਪਟਨ ਨਹੀਂ ਚਾਹੁੰਦੇ ਜੋ ਕੈਪਟਨ ਚਾਹੁੰਦਾ ਨਵਜੋਤ ਸਿੰਘ ਸਿੱਧੂ ਦੀ ਉਹਦੇ ਨਾਲ ਸਹਿਮਤੀ ਨਹੀਂ ਨਵਜੋਤ ਸਿੰਘ ਸਿੱਧੂ ਦੇ ਆਪਣੇ ਪ੍ਰਿੰਸੀਪਲ ਨੇ ਆਪਣੇ ਸਿਧਾਂਤ ਨੇ ਨਵਜੋਤ ਸਿੰਘ ਸਿੱਧੂ ਆਪਣੇ ਸਿਧਾਂਤਾਂ ਤੇ ਖੜਾ ਹਾਈ ਕਮਾਂਡ ਦੀ ਦਿੱਕਤ ਇਹ ਹੈ ਉਹ ਨਾ ਨਵਜੋਤ ਸਿੰਘ ਸਿੱਧੂ ਨੂੰ ਛੱਡਣਾ ਚਾਹੁੰਦੀ ਹੈ ਨਾ ਕੈਪਟਨ ਅਮਰਿੰਦਰ ਨੂੰ ਛੱਡਣਾ ਚਾਹੁੰਦੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਜ਼ਰੂਰ ਕਿਹਾ ਹੈ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਵਰਗੇ ਲੀਡਰਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਉਮਰ ਸਿਆਣੀ ਹੈ ਜਦੋਂ ਉਹ ਰਿਟਾਇਰ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਆਪਣੀ ਭੂਮਿਕਾ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਸੱਦੇ ਕੈਪਟਨ ਅਮਰਿੰਦਰ ਦੇ ਵੱਜ ਰਹੇ ਨੇ ਗਗਨ ਜੀ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨਾ ਡਿਪਟੀ ਮੁੱਖ ਮੰਤਰੀ ਬਣੋ ਨਾ ਮੰਤਰੀ ਬਣੋ ਪੰਜਾਬ ਪ੍ਰਧਾਨਗੀ ਤੋਂ ਘੱਟ ਨਵਜੋਤ ਸਿੰਘ ਸਿੱਧੂ ਕੁਝ ਸਰਕਾਰ ਨਹੀਂ ਕਰੋ ਹੁਣ ਇਹ ਸਮਝੌਤਾ ਉਸੇ ਦਿਨ ਹੀ ਮੈਨੂੰ ਲੱਗਦਾ ਨਿਭੜਨਾ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਹਰੀ ਛੰਡੀ ਦੇ ਦੇਣਗੇ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਪ੍ਰਧਾਨ ਦੇਖਣਾ ਚਾਹੁੰਦਾ ਪੰਜਾਬ 'ਚ ਇਹ ਗੱਲ ਇੱਕ ਵਾਰ ਵੀ ਨਹੀਂ ਕਹੀ ਨਾ ਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਟੀਮ 'ਚ ਦੇਖਣਾ ਚਾਹੁੰਦਾ ਸਾਡੇ ਬਹੁਤ ਸਾਰੇ ਸਾਥੀ ਸਿੱਧੂ ਨੂੰ ਸਾਡੀ ਟੀਮ 'ਚ ਦੇਖਣਾ ਚਾਹੁੰਦੇ ਨੇ ਯਾ ਕੈਪਟਨ ਅਮਰਿੰਦਰ ਸਿੰਘ ਆਪਣੇ ਮੂੰਹੋਂ ਕਹਿ ਦੇਣ ਵੀ ਨਵਜੋਤ ਸਿੰਘ ਸਿੱਧੂ ਅਗਰ ਪੰਜਾਬ ਦਾ ਪ੍ਰਧਾਨ ਬਣੇ ਤੇ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਊਗਾ ਕੈਪਟਨ ਅਮਰਿੰਦਰ ਸਿੰਘ ਆਪਣੇ ਮੂੰਹੋਂ ਉਹ ਵੀ ਨਹੀਂ ਕਹਿ ਰਹੇ ਸੋ ਇਸ ਕਰਕੇ ਇਹ ਜਿਹੜਾ ਜਿਹੜਾ ਮਤਭੇਦ ਹੈ ਅਹੁਦਿਆਂ ਦਾ ਵੀ ਹੈ ਔਰ ਨਿਸ਼ਚਿਤ ਤੌਰ ਤੇ ਹੈ ਨਵਜੋਤ ਸਿੰਘ ਸਿੱਧੂ ਮੰਤਰੀ ਦੇ ਲੰਮਾ ਸਮਾਂ ਉਹਨਾਂ ਦੀ ਮਹਿਕਮੇ ਚ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਬਾਅਦ ਚ ਕਈ ਫੈਸਲੇ ਪਲਟੇ ਗਏ ਕਈ ਮੈਂ ਰੋਜ਼ ਹੀ ਗੱਲ ਕਰਦਾ ਕਿੰਨੀਆਂ ਉਹਨਾਂ ਨੇ ਪਾਲਿਸੀਆਂ ਬਣਾਈਆਂ ਸੁਝਾਅ ਦਿੱਤੇ ਉਹਨਾਂ ਤੇ ਅਮਲੀ ਅਮਲ ਨਹੀਂ ਹੋਇਆ ਹਾਲਾਂਕਿ ਅੱਜ ਕੈਪਟਨ ਅਮਰਿੰਦਰ ਦੇ ਕੱਲ ਦੇ ਬਿਆਨ ਆਪਾਂ ਸੁਣੇ ਪਰਸੋਂ ਦੇ ਉਹ ਕਹਿ ਰਹੇ ਨੇ ਕਿ ਅਸੀਂ ਮਾਈਨਿੰਗ ਔਰ ਸ਼ਰਾਬ ਚ ਵੀ ਚੰਗਾ ਮੁਨਾਫਾ ਖਟਿਆ ਸਰਕਾਰ ਵੱਲੋਂ ਔਰ ਉਸ ਤਰੀਕੇ ਦੀ ਤਰੱਕੀ ਮਾਈਨਿੰਗ ਤੇ ਸ਼ਰਾਬ ਦੇ ਕਾਰੋਬਾਰ ਚ ਪੰਜਾਬ ਨੂੰ ਨਹੀਂ ਮਿਲੀ ਜਿਹੋ ਜੀ ਮਿਲਣੀ ਚਾਹੀਦੀ ਸੀ ਪ੍ਰਾਈਵੇਟ ਠੇਕੇਦਾਰ ਦੇਖੋ ਕਿੰਨਾ ਪੈਸਾ ਕਮਾ ਗਏ ਸਰਕਾਰ ਦੇ ਹੱਥ ਕੁਝ ਕਾਇਆ ਇਹ ਨਹੀਂ ਹੋਣਾ ਚਾਹੀਦਾ ਸਿੱਸੋ ਇੱਕ ਸੰਤੁਲਨ ਜ਼ਰੂਰ ਸਰਕਾਰੀ ਕਾਰੋਬਾਰ ਚ ਦੇਖਣਾ ਚਾਹੀਦਾ ਹੈ ਸਰਕਾਰ ਵੀ ਕਾਰੋਬਾਰ ਕਰੇ ਹੁਣ ਉਹ ਸਮਾਂ ਨਹੀਂ ਰਹਿ ਗਿਆ ਵੀ ਸਰਕਾਰ ਦੇ ਦੇਖੋ ਜੇ ਸਰਕਾਰ ਕਾਰੋਬਾਰ ਨਹੀਂ ਕਰੂਗੀ ਤੇ ਸਰਕਾਰੀ ਮਹਿਕਮੇ ਕਿਵੇਂ ਚਲਾਉਗੀ ਕੀ ਸਰਕਾਰ ਸਿਰਫ ਟੈਕਸਾਂ ਦੇ ਸਿਰ ਤੇ ਸਰਕਾਰੀ ਮਹਿਕਮੇ ਚਲਾਉਗੀ ਕਿੰਨੇ ਕੁ ਟੈਕਸ ਸਰਕਾਰ ਵਧਾ ਲੂਗੀ ਇਸ ਕਰਕੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਜਿੰਨੇ ਸਾਡੇ ਸਰਕਾਰੀ ਸਰੋਤ ਹੈ ਸਰਕਾਰੀ ਸਰੋਤ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਵੇਚਿਆ ਜਾਵੇ ਤਾਂ ਕਿ ਉਹਦੇ ਤੋਂ कमाई और अर, अर्ज, अर्जित कीती जा सके जी ठेकेदारी सिस्टम बंद करके सरकार खुद सरकारी अमले फैले दे नाल कारोबार ਚ ਉਤਰੇ ਇਹਦੇ ਨਾਲ ਹੀ ਫਾਇਦਾ ਭਵਿੱਖ ਦੇ ਵਿੱਚ ਨਹੀਂ ਤਾਂ ਪੰਜਾਬ ਨੂੰ ਆਰਥਿਕ ਤਰੱਕੀ ਚੋਂ ਅਸੀਂ ਬਾਹਰ ਨਹੀਂ ਕੱਢ ਸਕਾਂਗੇ ਕਰਜ਼ਾ ਹੋਰ ਵਧਾ ਜਾਣਾ ਹੈ ਗगन जी ਤੇਡਲਾ ਸਾਹਿਬ ਜਿਸ ਤਰ੍ਹਾਂ ਹੁਣ ਖਾਸ ਕਰਕੇ ਸ਼ਮਸ਼ੀਰ ਸਿੰਘ ਦੂਲੋ ਹੋਣਾ ਨੂੰ ਸੱਦਾ ਦਿੱਤਾ ਜਾਂ ਫਿਰ ਪ੍ਰਤਾਪ ਸਿੰਘ ਬਾਦਪਾਹ ਨੂੰ ਇਹ ਕਿਤੇ ਇਹ ਇਹ ਚੀਜ਼ ਤਾਂ ਨਹੀਂ ਹੋਏਗੀ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵੱਖਰੀ ਤੇ ਨਵਜੋਤ ਸਿੰਘ ਸਿੱਧੂ ਦੇ ਬਰਾਬਰ ਖੜੀ ਕਰਨੇ ਚਾਹੁੰਦੇ ਹੋਣ ਕਿ ਇੱਕ ਪਾਸੇ ਸ਼ਮਸ਼ੀਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਪਾ ਦਾ ਗੜ ਮੇਰੇ ਨਾਲ ਆ ਕੇ ਖੜਾ ਹੋ ਜਾਵੇ ਤੇ ਨਵਜੋਤ ਸਿੰਘ ਸਿੱਧੂ ਨੂੰ ਬਰਾਬਰ ਫਿਰ ਇੱਕ ਤੀਜਾ ਗੜ ਵੀ ਖੜਾ ਨਜ਼ਰ ਆ ਜਾਵੇ ਨਹੀਂ ਦੇਖੋ ਤੁਹਾਡੀ ਜਿਹੜਾ ਤੁਹਾਡਾ ਸਵਾਲ ਹੈ ਉਹ ਮੈਂ ਸਮਝ ਗਿਆ ਜੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਕਿਤੇ ਕੈਪਟਨ ਅਮਰਿੰਦਰ ਸਿੰਘ ਉਸ ਤਰੀਕੇ ਦੀ ਸਿਆਸੀ ਯੋਜਨਾ ਤਾਂ ਨਹੀਂ ਬਣਾ ਰਹੇ ਕਿ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਨਾਲ ਆ ਜੇ ਸ਼ਮਸ਼ੀਰ ਦੁੱਲੋਂ ਵੀ ਆ ਜੇ ਪ੍ਰਤਾਪ ਬਾਜਵਾ ਵੀ ਆ ਜੇ ਔਰ ਇਹ ਨਾ ਲੱਗੇ ਕਿ ਨਵਜੋਤ ਸਿੰਘ ਸਿੱਧੂ ਆਪਣੇ ਆਪ ਦੇ ਵਿੱਚ ਇੱਕ ਇਕੱਲੀ ਤਾਕਤ ਹੈ ਇਹ ਲੱਗੇ ਕਿ ਸਾਰੇ ਲੋਕ ਹੀ ਕਾਂਗਰਸ ਦੇ ਮਿਲ ਕੇ ਆ ਗਏ ਇਹ ਤਾਂ ਕੋਸ਼ਿਸ਼ ਹੈਗੀ ਹੈ ਕੈਪਟਨ ਅਮਰਿੰਦਰ ਦੀ ਪ੍ਰਸ਼ਾਂਤ ਕਿਸ਼ੋਰ ਦੀ ਵੀ ਇਹੀ ਕੋਸ਼ਿਸ਼ ਹੈ ਕਿ ਜਿੰਨੇ ਬਾਗੀ ਨੇ ਨਰਾਜ਼ ਨੇ ਉਹ ਸਾਰੇ ਲੀਡਰਾਂ ਨੂੰ ਕੈਪਟਨ ਅਮਰਿੰਦਰ ਦੇ ਝੰਡੇ ਥੱਲੇ ਅਸੀਂ ਇਕੱਠੇ ਕਰ ਲਈਏ ਪਰ ਮਸਲਾ ਇਹ ਹੈ ਨਾ ਜੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਧੂਲੋ ਨਾਲ ਆਉਂਦੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਅਹੁਦਿਆਂ ਦੀ ਤਕਸੀਮ ਕਿਵੇਂ ਕਰਨਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਤਾਕਤ ਕਿਵੇਂ ਦੇਣਗੇ ਕੀ ਭਵਿੱਖ ਵਿੱਚ ਅਗਰ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਕੀ ਉਹ ਸੱਤਾ ਦਾ ਸੰਤੁਲਨ ਬਣਾ ਸਕਣਗੇ ਕੀ ਅਗਲੀ ਅਗਲੀ ਸਰਕਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੇਰ ਸਿੰਘ ਧੂਲੋ ਦੀ ਭੂਮਿਕਾ ਉਹਨਾਂ ਨੂੰ ਹੁਣ ਦੱਸ ਕੇ ਕੈਪਟਨ ਅਮਰਿੰਦਰ ਸਿੰਘ ਅੱਗੇ ਵਧ ਸਕਣਗੇ ਜੀ ਕੀ ਕੈਪਟਨ ਅਮਰਿੰਦਰ ਇਹ ਕਹਿਣਗੇ ਵੀ ਮੈਂ ਅਗਲੇ ਮੰਤ్రਾਲੇ ਦੇ ਵਿੱਚ ਸ਼ਮਸ਼ੇਰ ਸਿੰਘ ਦੂਲੋਂ ਨੂੰ ਵੀ ਮੰਤਰੀ ਲਾਊਂਗਾ ਤੇ ਮੈਂ ਪ੍ਰਤਾਪ ਬਾਜਵੇ ਨੂੰ ਵੀ ਮੰਤਰੀ ਲਾਊਂਗਾ ਤੇ ਮੈਂ ਨਵਜੋਤ ਸਿੰਘ ਸਿੱਧੂ ਨੂੰ ਵੀ ਮੰਤਰੀ ਲਾਊਂਗਾ ਤੇ ਇਹ ਇਹ ਚੀਜ਼ਾਂ ਦੇਖੋ ਇਹ ਬਹੁਤ ਸਾਰੀਆਂ ਚੀਜ਼ਾਂ ਅੰਦਾਜ਼ਿਆਂ ਤੇ ਚੱਲਦੀਆਂ ਨੇ ਜਦੋਂ ਸਿਆਸਤ ਹੁੰਦੀ ਹੈ ਨਾ ਪੋਲਿਟਿਕਲ ਲੀਡਰ ਕਹਿੰਦੇ ਨੇ ਚਲੋ ਪਹਿਲਾਂ ਤਾਂ ਇੱਕ ਵਾਰੀ ਸਰਕਾਰ ਬਣ ਜੇ ਸਾਡਾ ਟੀਚਾ ਇਹ ਆ ਕਾਂਗਰਸ ਦੀ ਸਰਕਾਰ ਬਣ ਜੇ ਜੇ ਕਾਂਗਰਸ ਦੀ ਸਰਕਾਰ ਹੋਊਗੀ ਸ਼ਮਸ਼ੇਰ ਦੂਲੋਂ ਹੋ ਗਿਆ ਪ੍ਰਤਾਪ ਬਾਜਵਾ ਹੋ ਗਿਆ ਉਹਦਾ ਉਹਦਾ ਫਾਇਦਾ ਤਾਂ ਉਹਨੂੰ ਮਿਲਦਾ ਹੀ ਆ ਨਾ ਔਰ ਪ੍ਰਤਾਪ ਸਿੰਘ ਬਾਜਵਾ ਹੁਣ ਜਦੋਂ ਸਰਕਾਰ ਚ ਨੇ ਤੇ ਪ੍ਰਤਾਪ ਸਿੰਘ ਬਾਜਵੇ ਅਗਰ ਆਪਣੇ ਹਲਕੇ ਦਾ ਕੋਈ ਕੰਮ ਕਹਿਣਗੇ ਮੈਨੂੰ ਨਹੀਂ ਲੱਗਦਾ ਉਹ ਕੰਮ ਰੁਕਦਾ ਹੋਊਗਾ ਅਗਰ ਉਹ ਸ਼ਿੱਦਤ ਨਾਲ ਮਿਹਨਤ ਕਰਨ ਵੈਸੇ ਵੀ ਰਾਜ ਸਭਾ ਚ ਨੇ ਉਹ ਰਾਜ ਸਭਾ ਦਾ ਮੈਂਬਰ ਜਿਹੜਾ ਹੋਵੇ ਕਾਂਗਰਸ ਦਾ ਦੇਸ਼ ਦਾ ਤੇ ਪੰਜਾਬ ਚ ਕੋਈ ਵੀ ਜਾਇਜ਼ ਕੰਮ ਉਹਦੇ ਹਲਕੇ ਦਾ ਮੈਨੂੰ ਨਹੀਂ ਲੱਗਦਾ ਰੁਕਣਾ ਹੋਏਗਾ ਬਿਲਕੁਲ ਪਰ ਇਹ ਮੁੱਖ ਮੰਤਰੀ ਦੇ ਨਿਰਪਰ ਕਰਦਾ ਹੈ ਦੇਖੋ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਿਆ ਕੀ ਗਾਰੰਟੀ ਹੈ ਜੇ ਦੁਬਾਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਤੇ ਅਗਰ ਮੰਨ ਲਈਏ ਕਿ ਨਵਜੋਤ ਸਿੰਘ ਸਿੱਧੂ ਵੀ ਮੰਤਰੀ ਬਣਦਾ ਹੈ ਸ਼ਮਸ਼ੇਰ ਦੂਲੋਂ ਪ੍ਰਤਾਪ ਸਿੰਘ ਬਾਜਵਾ ਫਿਰ ਹਿੱਤਾਂ ਦਾ ਟਕਰਾ ਤਾਂ ਫਿਰ ਵੀ ਹੋਊਗਾ ਕਿਉਂਕਿ ਪ੍ਰਤਾਪ ਬਾਜਵਾ ਅਗਰ ਕਿਸੇ ਮਹਿਕਮੇ ਦਾ ਮੰਤਰੀ ਹੋਊਗਾ ਉਹ ਵੀ ਆਪਣੀ ਮਰਜ਼ੀ ਨਾਲ ਕੰਮ ਕਰਨਾ ਚਾਹੂਗਾ ਸ਼ਮਸ਼ੇਰ ਦੂਲੋਂ ਵੀ ਆਪਣੀ ਮਰਜ਼ੀ ਨਾਲ ਕੰਮ ਕਰਨਾ ਚਾਹੂਗਾ ਮੈਂ ਦੋ ਲੀਡਰਾਂ ਦੀ ਸ਼ੈਲੀ ਦੇਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੈਲੀ ਕੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੈਲੀ ਦੇ ਵਿੱਚ ਨਿਤਿਨ ਗਠਕਰੀ ਤੋਂ ਇਲਾਵਾ ਹੋਰ ਕੋਈ ਵੀ ਮੰਤਰੀ ਆਪਣੇ ਕੰਮ ਕਾਜ ਕਰਕੇ ਨਹੀਂ ਉੱਭਰ ਸਕਿਆ ਜੀ ਨਰੇਂਦਰ ਮੋਦੀ ਇਸ ਤਰੀਕੇ ਨਾਲ ਸਰਕਾਰ ਚਲਾਉਂਦੇ ਨੇ ਕਿ ਕੋਈ ਵੀ ਅਗਰ ਕੰਮ ਹੋ ਰਿਹਾ ਤੇ ਉਹ ਸਰਕਾਰ ਦੀ ਉਪਲਬਧੀ ਦੇ ਰੂਪ ਚ ਨਜ਼ਰ ਆਵੇ ਔਰ ਬੀਜੇਪੀ ਹਰ ਕੰਮ ਦਾ ਜਿਹੜਾ ਕ੍ਰੈਡਿਟ ਹੈ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਦੰਦੀ ਹੈ ਉਹ ਸਾਰਿਆਂ ਤੋਂ ਸੀਨੀਅਰ ਨੇ ਪ੍ਰਧਾਨ ਮੰਤਰੀ ਨੇ ਇਸ ਕਰਕੇ ਬੀਜੇਪੀ ਕਰ ਸਕਦੀ ਹੈ ਪਰ ਨਿਤਿਨ ਗੜਕਰੀ ਇੱਕਲਾ ਵਿਅਕਤੀ ਹੈ ਜਿਹੜਾ ਆਪਣੇ ਕੰਮ ਕਰਕੇ ਉਭਰਿਆ ਪੂਰੇ ਮੁਲਕ ਦੇ ਵਿੱਚ ਨਿਤਿਨ ਗੜਕਰੀ ਨੇ ਸੜਕਾਂ ਕਿੰਨੀਆਂ ਬਣਾਈਆਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿੱਡਾ ਇਨਫਰਾਸਟ੍ਰਕਚਰ ਦਾ ਡਿਵੈਲਪਮੈਂਟ ਨਿਤਿਨ ਗੜਕਰੀ ਪੂਰੇ ਮੁਲਕ ਚ ਕਰ ਰਹੇ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਜੇ ਪੰਜਾਬ ਦੀ ਸਰਕਾਰ ਦੀ ਗੱਲ ਕਰ ਲਈਏ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸਿਰਫ ਨਵਜੋਤ ਸਿੰਘ ਸਿੱਧੂ ਸੀ ਜਿਹੜਾ ਆਪਣੇ ਕੰਮ ਕਰਕੇ ਚਰਚਾ 'ਚ ਸੀ ਲੋਕਲ ਬਾਡੀਜ਼ ਮਹਿਕਮੇ 'ਚ ਕਿੱਡੇ ਵੱਡੇ-ਵੱਡੇ ਫੈਸਲੇ ਨਵਜੋਤ ਸਿੰਘ ਸਿੱਧੂ ਨੇ ਕੀਤੇ ਤੁਸੀਂ ਸਿੱਧੂ ਤੋਂ ਬਾਅਦ ਦੱਸੋ ਪੰਜਾਬ ਦਾ ਕਿਹੜਾ ਮੰਤਰੀ ਹੈ ਜਿਹੜਾ ਆਪਣੇ ਕੰਮਾਂ ਕਰਕੇ ਚਰਚਾਵਾਂ ਦੇ ਵਿੱਚ ਹੈ ਛੋਟਾ ਥੋੜਾ ਜਿਹਾ ਨਾਮ ਜ਼ਰੂਰ ਚਰਚਾ ਚਾਹੁੰਦਾ ਹੈ ਵਿਜੇਂਦਰ ਸਿੰਘਲਾ ਦਾ ਸਿੱਖਿਆ ਦੇ ਖੇਤਰ 'ਚ ਕੁਝ ਕੰਮ ਹੋਏ ਨੇ ਬਿਲਕੁਲ ਉਹ ਵੀ ਪੂਰੀ ਬਹੁਤ ਵੱਡੀ ਪ੍ਰਾਪਤੀ ਨਹੀਂ ਕੋਈ ਹਾਂ ਕੁਝ ਕੋਸ਼ਿਸ਼ਾਂ ਹੋਈਆਂ ਨੇ ਵਿਜੇਂਦਰ ਸਿੰਘਲਾ ਦੀਆਂ ਚੰਗੀਆਂ ਕੋਸ਼ਿਸ਼ਾਂ ਹੋਈਆਂ ਨੇ ਤੁਸੀਂ ਮੈਨੂੰ ਹੋਰ ਮੰਤਰੀ ਦੱਸੋ ਪੰਜਾਬ ਦਾ ਕਿਸੇ ਮੰਤਰੀ ਦਾ ਕਿਸੇ ਵੱਡੇ ਯੋਗਦਾਨ ਦੇ ਤੌਰ ਤੇ ਤੁਹਾਨੂੰ ਯਾਦ ਹੋਵੇ ਨਾ ਮੰਤਰੀ ਦਾ ਪੰਜਾਬ ਦੇ ਮੰਤਰੀ ਦਾ ਬਿਲਕੁਲ ਸਾਰੇ ਅੱਗੇ ਸਵਾਲ ਹੈ ਕੋਈ ਵੀ ਮੰਤਰੀ ਹੋਵੇ ਕਿਸੇ ਵੀ ਮਹਿਕਮੇ ਦਾ ਪੰਜਾਬ ਚ ਕੰਮ ਦੇਖ ਲਓ ਭਾਵੇਂ ਚਲੋ ਮੈਂ ਨਾਂ ਨਹੀਂ ਲੈਂਦਾ ਕੋਈ ਵੀ ਮਹਿਕਮਾ ਹੋਵੇ ਜਦੋਂ ਕੋਈ ਮੰਤਰੀ ਕੰਮ ਕਰਦਾ ਉਹ ਪ੍ਰਸਿੱਧ ਹੋ ਜਾਂਦਾ ਲੋਕ ਹੱਥਾਂ ਤੇ ਚੱਕ ਲੈਂਦੇ ਨੇ ਇਸ ਕਰਕੇ ਇਹ ਸੱਦੇ ਜ਼ਰੂਰ ਕੈਪਟਨ ਅਮਰਿੰਦਰ ਨੇ ਦਿੱਤੇ ਨੇ ਵੀ ਸਾਡੇ ਨਾਲ ਸ਼ਮਸ਼ੇਰ ਦੁੱਲੋਂ ਹੋਣੀ ਵੀ ਆ ਜਾਣ ਪ੍ਰਤਾਪ ਬਾਜਵਾ ਵੀ ਆ ਜਾਣ ਸਿੱਧੂ ਵੀ ਆ ਜੇ ਪਰ ਕੈਪਟਨ ਮਰਿੰਦਰ ਸਿੰਘ ਕੋਲੇ ਵੀ ਕੋਈ ਠੋਸ ਯੋਜਨਾ ਹਾਲ ਦੀ ਘੜੀ ਸਰਕਾਰ ਤੋਂ ਬਾਅਦ ਵਾਲੀ ਜਾਂ ਪਹਿਲਾਂ ਵਾਲੀ ਮੈਨੂੰ ਨਜ਼ਰ ਨਹੀਂ ਆਉਂਦੀ ਜਿਵੇਂ ਜਿਵੇਂ ਪ੍ਰਸ਼ਾਂਤ ਕਿਸ਼ੋਰ ਨਾਲ ਸਲਾਹ مشਵਰਾ ਹੁੰਦਾ ਹੈ ਕੈਪਟਨ ਮਰਿੰਦਰ ਉਸ ਨੀਤੀ ਤੇ ਚੱਲ ਰਹੇ ਨੇ ਅੱਗੇ ਪਰ ਸਿੱਧੂ ਕਿਉਂਕਿ ਸਿੱਧੂ ਤਜਰਬੇਕਾਰ ਆ ਸਿੱਧੂ ਤਿੰਨ ਚਾਰ ਵਾਰ ਦਾ ਤਾਂ ਐਮਪੀ ਆ ਫਿਰ ਮੰਤਰੀ ਐ ਐਮਐਲਏ ਰਿਹਾ ਹੁਣ ਵੀ ਐਮਐਲਏ ਐ ਇਸ ਕਰਕੇ ਸਿੱਧੂ ਕਾਹਲੀ ਨਹੀਂ ਕਰ ਰਿਹਾ ਸਿੱਧੂ ਕਹਿੰਦਾ ਮੈਂ ਆਪਣੇ ਸਿਧਾਂਤਾਂ ਤੇ ਸਮਝੌਤਾ ਕਰਕੇ ਸਾਹ ਨਹੀਂ ਪਾਉਣੀ। ਔਰ ਕੋਈ ਵੱਡੀ ਗੱਲ ਨਹੀਂ। ਗगन ਕਿ ਸਿੱਧੂ ਇਸੇ ਤਰ੍ਹਾਂ ਸ਼ਾਂਤ ਰਹੇ ਔਰ ਚੋਣਾਂ ਦੇ ਅਮਲ ਤੋਂ ਵੀ ਬਾਹਰ ਰਹੇ ਜੇ। ਸਿੱਧੂ ਭਾਜਪੀ ਚ ਹੁੰਦਾ ਹੋਇਆ ਅਰੁਣ ਜੇਤਲੀ ਸਾਹਿਬ ਦੇ ਚੋਣ ਪ੍ਰਚਾਰ ਚ ਨਹੀਂ ਅੰਮ੍ਰਿਤਸਰ ਚ ਰਿਹਾ। ਬਾਹਰ ਚਲਾ ਗਿਆ ਸੀ। ਤੇ ਸਿੱਧੂ ਲਈ ਹੁਣ ਕੀ ਔਖ ਹੈ? ਅਗਰ ਸਿੱਧੂ ਨੂੰ ਲੱਗੇ ਕਿ ਜੋ ਮਰਜ਼ੀ ਹੋ ਜੇ ਮੈਂ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਾ ਤੇ ਸਿੱਧੂ ਚੋਣਾਂ ਦੇ ਅਮਲ ਤੋਂ ਵੀ ਬਾਹਰ ਹੋ ਸਕਦਾ ਹੈ। ਚਲੋ ਉਹ ਗੱਲ ਵੱਖਰੀ ਹੈ। ਕਿ ਸਿੱਧੂ ਕਿਉਂਕਿ ਪੰਜਾਬ ਦੇ ਹਿੱਤਾਂ ਨੂੰ ਨਹੀਂ ਛੱਡ ਸਕਦਾ ਉਹ ਕਾਂਗਰਸ ਦੇ ਜਾਂ ਇਹਨਾਂ ਚੋਣਾਂ ਅਮਲ ਤੋਂ ਬਾਹਰ ਹੋ ਸਕਦਾ ਪਰ ਪੰਜਾਬ ਦੀ ਸਿਆਸਤ ਤੋਂ ਬਾਹਰ ਨਹੀਂ ਜਾਂਦਾ ਜੀ ਤੇ ਸਿੱਧੂ ਕੋਈ ਵੱਖਰਾ ਫੈਸਲਾ ਕਰ ਸਕਦਾ ਹੈ ਅਗਰ ਸਿੱਧੂ ਨੂੰ ਲੱਗਿਆ ਕਿ ਮੇਰੀਆਂ तमाम ਕੋਸ਼ਿਸ਼ਾਂ ਤੇ ਮੇਰੀਆਂ ਗੱਲਾਂ ਨਹੀਂ ਸਮਝੀਆਂ ਜਾ ਰਹੀਆਂ ਤੇ ਸਿੱਧੂ ਵੱਖਰਾ ਫੈਸਲਾ ਵੀ ਕਰ ਸਕਦਾ ਦੇਖੋ ਸਿੱਧੂ ਦਾ ਚੁੱਪ ਰਹਿਣਾ ਵੀ ਅੱਜ ਦੇ ਸਮੇਂ ਕਾਂਗਰਸ ਲਈ ਨੁਕਸਾਨਦਾਇਕ ਹੈ ਔਰ ਅਗਰ ਸਿੱਧੂ ਵੱਖਰਾ ਹੋ ਗਿਆ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੈ ਕਾਂਗਰਸ ਲਈ ਜੀ ਸਿੱਧੂ ਦੇ ਵੱਖਰੇ ਹੋਣ ਦੇ ਨਾਲ ਕਿਸਾਨ ਮੋਰਚੇ ਦੇ ਨਵੇਂ ਫੈਸਲੇ ਦੇ ਨਾਲ ਇਹਨਾਂ ਦੋਨਾਂ ਫੈਸਲਿਆਂ ਦੇ ਨਾਲ ਪੰਜਾਬ ਦੀ ਸਿਆਸਤ ਨੇ ਪ੍ਰਭਾਵਿਤ ਹੋਣਾ ਹੈ ਕੱਲ ਨੂੰ ਅਗਰ ਕਿਸਾਨ ਮੋਰਚਾ ਕਿਸੇ ਪਾਰਟੀ ਵਿਸ਼ੇਸ਼ ਦਾ ਸਮਰਥਨ ਕਰ ਦਿੰਦਾ ਹੈ ਪੰਜਾਬ 'ਚ ਮਾਹੌਲ ਬਦਲ ਜਾਣਾ ਹੈ ਅਗਰ ਕਿਸਾਨ ਮੋਰਚਾ ਨਵਜੋਤ ਸਿੰਘ ਸਿੱਧੂ ਨਾਲ ਆ ਜਾਂਦਾ ਹੈ ਫਿਰ ਵੀ ਪੰਜਾਬ ਦਾ ਮਾਹੌਲ ਬਦਲ ਜਾਣਾ ਹੈ ਅਗਰ ਕਿਸਾਨ ਮੋਰਚਾ ਇਹ ਕਹਿ ਦਿੰਦਾ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੀ ਮਰਜ਼ੀ ਨਾਲ ਵੋਟ ਪਾ ਦਿਓ ਤਾਂ ਵੀ ਪੰਜਾਬ ਦਾ ਮਾਹੌਲ ਬਦਲ ਜਾਣਾ ਹੈ ਕੈਪਟਨ ਅਮਰਿੰਦਰ ਨੂੰ ਫਾਇਦਾ ਉਸੇ ਸੂਰਤ 'ਚ ਹੈ ਜਦੋਂ ਕਿਸਾਨ ਮੋਰਚਾ ਕੈਪਟਨ ਅਮਰਿੰਦਰ ਦਾ ਸਮਰਥਨ ਕਰੇ ਇੱਕ ਦੂਸਰਾ ਜਾਂ ਨਵਜੋਤ ਸਿੰਘ ਸਿੱਧੂ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਚ ਆ ਦੇ ਉਹ ਵੀ ਮੈਨੂੰ ਸੰਭਾਵਨਾ ਨਜ਼ਰ ਨਹੀਂ ਆਉਂਦੀ ਜੀ ਕਿ ਨਵਜੋਤ ਸਿੰਘ ਸਿੱਧੂ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਦਾ ਗੁਣਗਾਨ ਕਰਨ ਸਿਆਸੀ ਤੌਰ ਤੇ ਉਹ ਸੰਭਾਵਨਾ ਨਜ਼ਰ ਨਹੀਂ ਆਉਂਦੀ ਠੀਕ ਹੈ ਮੁਹੱਬਤ ਦੁਬਾਰਾ ਬਣ ਰਹੀ ਹੈ ਦੇਖੋ ਉਮਰਾਂ ਦੇ ਫਾਸਲੇ ਨੇ ਨਵਜੋਤ ਸਿੰਘ ਸਿੱਧੂ 55 56 57 58 ਸਾਲ ਦੇ ਹੋਣਗੇ ਕੈਪਟਨ ਅਮਰਿੰਦਰ ਸਿੰਘ 79 80 ਅਗਰ ਮੰਨ ਵੀ ਲਿਆ ਜਾਵੇ ਕੈਪਟਨ ਨਵਜੋਤ ਸਿੰਘ ਸਿੱਧੂ 57 ਜਾਂ 58 ਸਾਲ ਦੇ ਨੇ ਕੈਪਟਨ ਅਮਰਿੰਦਰ 22 23 ਸਾਲ ਦੀ ਉਮਰ ਦਾ ਫਰਕ ਹੈ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਚ ਬਿਲਕੁਲ 22 23 ਸਾਲ ਦਾ ਫਰਕ ਛੋਟਾ ਨਹੀਂ ਹੁੰਦਾ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਇੰਨਾ ਫਰਕ ਹੈ ਸੋ ਇਸ ਕਰਕੇ ਦੋਹਾਂ ਦੀ ਸਿਆਸੀ ਕਾਰਗੁਜ਼ਾਰੀ ਦਾ ਦੋਹਾਂ ਦੀ ਸਿਆਸੀ ਸੋਚ ਦਾ ਦੋਹਾਂ ਦੀ ਮੁੱਦਿਆਂ ਨੂੰ ਸਮਝਣ ਉਹਨਾਂ ਦੇ ਨਾਲ ਨਜਿੱਠਣ ਦੇ ਢੰਗ ਦਾ ਫਰਕ ਹੈ ਇਹ ਸਾਰੀਆਂ ਸਥਿਤੀਆਂ ਨੇ ਜਿਹਦੇ ਕਰਕੇ ਇਹ ਮਸਲੇ ਹਜੇ ਤੱਕ ਜਿਉਂ ਦੇ ਤਿਉਂ ਬਣੇ ਹੋਏ ਨੇ। ਜੀ। ਸੋ ਮੈਨੂੰ ਇਹ ਲੱਗਦਾ ਕਿ ਅਗਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਲਈ ਹਾਈ ਕਮਾਂਡ ਤੈਅ ਕਰ ਦਿੰਦੀ ਹੈ। ਜਾਂ ਕੈਪਟਨ ਅਮਰਿੰਦਰ ਸਿੰਘ ਅਗਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੀ ਹਰੀ ਝੰਡੀ ਦੇ ਦਿੰਦੇ ਨੇ ਫਿਰ ਨਵਜੋਤ ਸਿੰਘ ਸਿੱਧੂ ਇਸ ਇਸ ਸ਼ਰਤ ਤੇ ਜਾਂ ਇਸ ਸੰਭਾਵਨਾ ਤੇ ਕਾਂਗਰਸ ਚ ਸਰਗਰਮ ਹੋ ਸਕਦੇ ਨੇ ਬਤੌਰ ਪ੍ਰਧਾਨ ਅਹੁਦਾ ਲੈ ਸਕਦੇ ਨੇ ਕਿ ਅਗਰ ਸਾਡੀ ਸਰਕਾਰ ਬਣਦੀ ਹੈ ਤੇ ਕੰਮ ਕਰਨ ਦਾ ਸੰਤੁਲਨ ਦਾ ਫਾਰਮੂਲਾ ਜਿਹੜਾ ਉਹ ਮੰਨਿਆ ਜਾਊਗਾ ਜੀ ਵੀ ਸਾਰੇ ਆਪਣੇ ਇੱਕ ਸਿਆਸੀ ਸਰਕਾਰ ਚ ਸੰਤੁਲਨ ਰਹੇ ਅਗਰ ਸਰਕਾਰ ਵਨ ਮੈਨ ਸ਼ੋ ਹੋਏਗੀ ਤਾਂ ਵੀ ਦਿੱਕਤਾਂ ਨੇ ਵਨ ਮੈਨ ਸ਼ੋ ਕਦੀ ਵੀ ਸਰਕਾਰਾਂ ਚ ਜਾਂ ਪਰਿਵਾਰਾਂ ਚ ਕਾਮਯਾਬ ਨਹੀਂ ਹੁੰਦਾ ਟੀਮ ਵਰਕ ਹਰ ਜਗ੍ਹਾ ਦੇ ਵਿੱਚ ਟੀਮ ਵਰਕ ਚੱਲਦਾ ਹੈ ਜੀ ਅੱਜ ਦੀ ਸਿਆਸਤ ਟੀਮ ਵਰਕ ਬਿਨਾ ਅੱਗੇ ਨਹੀਂ ਲੰਘ ਸਕਦੀ ਨਰਿੰਦਰ ਮੋਦੀ ਵੀ ਦੇਖੋ ਟੀਮ ਵਰਕ ਦੇ ਫਾਰਮੂਲੇ ਤੇ ਕੰਮ ਕਰਦੇ ਨੇ ਬੀਜੇਪੀ ਵਾਲੇ ਦੇਖੋ ਬੀਜੇਪੀ ਦੇ ਵਿੱਚ ਬਹੁਤ ਘੱਟ ਹੁੰਦਾ ਕਿ ਬੀਜੇਪੀ ਦੇ ਵਿੱਚ ਆਪਸੀ ਗੁੱਟਬਾਜ਼ੀ ਹੋਵੇ ਜਾਂ ਬੀਜੇਪੀ ਦੇ ਵਿੱਚ ਲੀਡਰ ਬਹੁਤ ਛੇਤੀ ਛੇਤੀ ਛੱਡਦੇ ਹੋਣ ਦੇਖੋ ਬੀਜੇਪੀ ਦੇ ਵਿੱਚ ਤਾਂ ਜਲਦੀ ਜਲਦੀ ਬਾਗੀ ਨਹੀਂ ਖੜਾ ਹੁੰਦਾ ਜਿਹਨੂੰ ਪਾਰਟੀ ਟਿਕਟ ਦੇ ਦਿੰਦੀ ਹੈ ਸੱਤਾ ਦਾ ਸੰਤੁਲਨ ਹੈ ਪਾਰਟੀ ਦਾ ਸੰਤੁਲਨ ਹੈ ਦੂਸਰਾ ਵਿਅਕਤੀ ਆ ਉਹ ਗੱਲ ਨੂੰ ਪ੍ਰਵਾਨ ਕਰਦਾ ਇਸੇ ਕਰਕੇ ਬੀਜੇਪੀ ਬਾਰੇ ਕਿਹਾ ਜਾਂਦਾ ਨਾ ਕਿ ਕੋਈ ਵੀ ਵਿਅਕਤੀ ਬੀਜੇਪੀ ਦਾ ਪ੍ਰਧਾਨ ਬਣ ਸਕਦਾ ਹੈ ਜੀ ਆ ਕਾਂਗਰਸੀ ਕਹੀ ਜਾਂਦੇ ਆ ਰਾਹੁਲ ਗਾਂਧੀ ਨੇ ਕਹਿਦਾ ਵੀ ਆਪਣਾ ਪ੍ਰਧਾਨ ਲੱਭ ਲਓ ਭਾਈ ਹੋਰ ਕਾਂਗਰਸੀਆਂ ਨੂੰ ਪ੍ਰਧਾਨ ਨਹੀਂ ਆਪਣਾ ਲੱਭਿਆ ਬਿਲਕੁਲ ਕਾਂਗਰਸ 'ਚ ਫੈਸਲੇ ਸੁਸਤ ਹੁੰਦੇ ਨੇ ਕਾਂਗਰਸ ਦੀਆਂ ਟਿਕਟਾਂ ਸਭ ਤੋਂ ਲੇਟ ਵੰਡੀਆਂ ਜਾਂਦੀਆਂ ਉਧਰ ਕਾਗਜ਼ ਦਾਖਲ ਕਰਨ ਦਾ ਵਕਤ ਹੁੰਦਾ ਉਧਰ ਵਿਚਾਰੀ ਹਜੇ ਕਾਂਗਰਸ ਦੀ ਟਿਕਟ ਨਹੀਂ ਫਾਈਨਲ ਹੋਈ ਹੁੰਦੀ ਆ ਪశ్ਚਵੀਂ ਬੰਗਾਲ 'ਚ ਵੀ ਇਹੀ ਕੁਝ ਹੋਇਆ ਦੇਖੋ ਬਿਲਕੁਲ ਟਿਕਟਾਂ ਨੂੰ ਲੈ ਕੇ ਡੇਰ ਸਵੇਰ ਸੋ ਕਾਂਗਰਸ ਫੈਸਲੇ ਕਰਨ 'ਚ ਢਿੱਲੀ ਐ ਇਸੇ ਕਰਕੇ ਕਾਂਗਰਸ ਦੀ ਸਿਆਸੀ ਹਾਲਤ ਢਿੱਲੀ ਹੋਈ ਪਈ ਐ ਇਸੇ ਕਰਕੇ ਕਾਂਗਰਸ 50 ਦੇ ਸਕੋਰ ਤੋਂ ਹੇਠਾਂ ਆ ਗਈ ਪਾਰਲੀਮੈਂਟ 'ਚ ਸੋ ਕਾਂਗਰਸ ਨੂੰ ਤਕੜੇ ਹੋਣ ਦੀ ਲੋੜ ਐ ਮੈਂ ਤਾਂ ਅੱਗੇ ਕਹਿਣਾ कि ਸਾਨੂੰ ਸਾਰਿਆਂ ਨੂੰ ਜਦੋਂ ਵਕਤ ਮਿਲੇ ਕੋਵਿਡ ਦੇ ਖਿਲਾਫ ਜਿਹੜੀ ਵੈਕਸੀਨ ਬਣੀ ਹੈ ਅਸੀਂ ਵੈਕਸੀਨ ਲਵਾਈਏ ਤੇ ਕਾਂਗਰਸ ਨੂੰ ਨਾਲ-ਨਾਲ ਇੱਕ ਤਾਕਤ ਦਾ ਟੀਕਾ ਵੀ ਲਵਾ ਲੈਣਾ ਚਾਹੀਦਾ ਤਾਂ ਕਿ ਤਕੜੀ ਹੋ ਕੇ ਕਾਂਗਰਸ ਫੈਸਲੇ ਕਰੇ ਕਿਉਂਕਿ ਉਹ ਮੁਲਕ ਉਸ ਮੁਲਕ ਦੀ ਡੈਮੋਕ੍ਰੇਸੀ ਜ਼ਿਆਦਾ ਮਜ਼ਬੂਤ ਰਹਿੰਦੀ ਹੈ ਜਿਹਦੇ ਵਿੱਚ ਵਿਰੋਧੀ ਧਿਰ ਮਜ਼ਬੂਤ ਹੋਵੇ ਸੋ ਅਗਰ ਕੇਂਦਰ ਚ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਦੀ ਸਰਕਾਰ ਹੈ ਕਿ ਕਾਂਗਰਸ ਤਕੜੀ ਹੋਣੀ ਚਾਹੀਦੀ ਹੈ ਵਿਰੋਧੀ ਧਿਰ ਤਕੜੇ ਹੋਣੇ ਚਾਹੀਦੇ ਨੇ ਤਾਂ ਕਿ ਸੱਤਾ ਦਾ ਸੰਤੁਲਨ ਬਣਿਆ ਰਹੇ ਔਰ ਸੂਬੇ 'ਚ ਵੀ ਅਗਰ ਕਾਂਗਰਸ ਦੀ ਸਰਕਾਰ ਵੀ ਦੁਬਾਰਾ ਆਉਂਦੀ ਹੈ ਤੇ ਅਗਰ ਅਗਰ ਕੈਪਟਨ ਮਰਿੰਦਰ ਜਾਂ ਕਾਂਗਰਸ ਜਾਂ ਸਿੱਧੂ ਦੀ ਅਗਵਾਈ 'ਚ ਬਹੁਮਤ ਵੀ ਮਿਲਦਾ ਤੇ ਵਿਰੋਧੀ ਧਿਰਾਂ ਵੀ ਨੇੜੇ ਤੜੇ ਹੋਣੀਆਂ ਚਾਹੀਦੀਆਂ ਨੇ ਜੇ ਸਰਕਾਰ ਕਾਂਗਰਸ ਜਾਂ ਸਿੱਧੂ ਦੀ ਬਣਦੀ ਵੀ ਆ ਨਾ 2-3 ਸੀਟਾਂ ਵਾਧੇ ਨਾਲ ਹੀ ਬਣੇ ਤਾਂ ਕਿ ਇਹਨਾਂ ਨੂੰ ਵੀ ਪਤਾ ਹੋਵੇ ਲੀਡਰਾਂ ਨੂੰ ਵੀ ਅਸੀਂ ਸੱਤਾ ਦਾ ਸੰਤੁਲਨ ਬਣਾ ਕੇ ਰੱਖਣਾ ਅਸੀਂ ਲੋਕਾਂ ਦੀ ਮਰਜ਼ੀ ਦੇ ਫੈਸਲੇ ਕਰਨੇ ਆ ਸੋਚ ਸਮਝ ਕੇ ਫੈਸਲੇ ਕਰਨੇ ਆ ਕਿਉਂਕਿ ਜਦੋਂ ਸੱਤਾ ਬਹੁਤ ਜ਼ਿਆਦਾ ਤਾਕਤਵਰ ਹੋ ਜਾਂਦੀ ਹੈ ਵਿਰੋਧੀ ਧਿਰ ਬਹੁਤ ਕਮਜ਼ੋਰ ਹੋ ਜਾਂਦਾ ਹੈ ਉਦੋਂ ਫਿਰ ਮਨਮਾਨੀ ਵਾਲੇ ਫੈਸਲੇ ਵੀ ਹੁੰਦੇ ਨੇ ਉਹ ਕਿਸੇ ਵੀ ਲੋਕਤੰਤਰ ਲਈ ਜ਼ਿਆਦਾ ਚੰਗੇ ਨਹੀਂ ਤੇ ਰੇਲਾ ਸਭ ਉਧਰ ਮਨੀਸ਼ ਦਿਵਾੜੀ ਹੋਣਾਂ ਦੇ ਵੱਲੋਂ ਵੀ ਪਾਰਲੀਮੈਂਟ ਦੇ ਵਿੱਚ ਅੰਮ੍ਰਿਤਸਰ ਅਨੰਦਪੁਰ ਸਾਹਿਬ ਹਾਈਵੇ ਨੂੰ ਲੈ ਕੇ ਮਸਲਾ ਚੁੱਕਿਆ ਗਿਆ ਆਖਰਕਾਰ ਮਸਲਾ ਕੀ ਹੈ ਇੱਕਦੋਂ ਤੋਂ ਲਟਕਦਾ ਆ ਰਿਹਾ ਦੇਖੋ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸਿੱਧੂ ਦੇ ਐਡੇ ਯਤਨ ਰਏ ਪ੍ਰਧਾਨ ਮੰਤਰੀ ਸਾਹਿਬ ਆ ਪਾਏ ਲਾਂਘਾ ਖੋਲਿਆ ਬੜੀ ਖੁਸ਼ੀ ਵਾਲਾ ਮਾਹੌਲ ਬਣਿਆ ਬੀਜੇਪੀ ਦੇ ਵਿੱਚ ਬਹੁਤ ਭਰੋਸਾ ਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਕਦਮ ਵੀ ਵੱਡਾ ਹੋਇਆ ਸਿੱਧੂ ਦਾ ਕਦਮ ਵੀ ਵੱਡਾ ਹੋਇਆ ਉਹਦੇ ਯੋਗਦਾਨ ਕਰਕੇ ਔਰ ਉਸ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ ਨੇ ਵੱਡੇ ਵੱਡੇ ਫੈਸਲੇ ਕੀਤੇ ਗੱਲਾਂ ਆਈਆਂ ਕਿ ਅੰਮ੍ਰਿਤਸਰ ਤੋਂ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੱਕ ਜਿਹੜਾ ਹਾਈਵੇ ਹੈ ਉਹ ਬਣਾਇਆ ਜਾਏਗਾ ਇਹਨੂੰ ਇਹਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਬੰਗਾ ਸ਼੍ਰੀ ਆਨੰਦਪੁਰ ਸਾਹਿਬ ਹਾਈਵੇ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਕੌਮੀ ਸ਼ਹਿਰ ਆਵੀ ਇਹਨੂੰ ਪ੍ਰਵਾਨ ਕੀਤਾ ਕੇਂਦਰ ਦੀ ਸਰਕਾਰ ਨੇ 2 ਸਾਲ ਹੋ ਗਏ ਪੂਰੀ ਪ੍ਰੋਜੈਕਟ ਰਿਪੋਰਟ ਬਣ ਕੇ ਉਸ ਤੋਂ ਬਾਅਦ ਨੀ ਪੱਥਰ ਰੱਖਿਆ ਗਿਆ ਲੇਕਿਨ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਵੀ ਅੱਜ ਤੱਕ ਇਹਦੇ ਤੇ ਕੰਮ ਨਹੀਂ ਸ਼ੁਰੂ ਹੋਇਆ ਮਨੀਸ਼ ਤਵਾੜੀ ਨੇ ਇਹ ਮਸਲਾ ਹੁਣ ਪਾਰਲੀਮੈਂਟ ਦੇ ਵਿੱਚ ਫੇਰ ਚੱਕਿਆ ਕਿ ਪ੍ਰਧਾਨ ਮੰਤਰੀ ਸਾਹਿਬ ਸਭ ਦਾ ਸਾਥ ਸਭ ਦਾ ਵਿਕਾਸ ਲਗਾਤਾਰ ਗੱਲਾਂ ਹੋ ਰਹੀਆਂ ਨੇ ਆ ਸਾਡਾ ਐਡਾ ਵੱਡਾ ਕੌਮੀ ਸ਼ਾਰਾ ਹੈ ਮਾਤਾ ਨੈਣਾ ਦੇਵੀ ਤੱਕ ਵੀ ਜਿਹੜਾ ਰੋਪਵੇ ਬਣਨਾ ਸੀ ਉਸ ਮਸਲੇ ਤੇ ਵੀ ਮਨੀਸ਼ ਤਵਾੜੀ ਨੇ ਬਹੁਤ ਕੋਸ਼ਿਸ਼ ਕੀਤੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਇਹ ਕੋਸ਼ਿਸ਼ਾਂ ਸਾਨੂੰ ਕਰਨੀਆਂ ਪੈਣਗੀਆਂ ਤਾਹੀਂ ਸਾਡੀ ਤਰੱਕੀ ਹੋਊਗੀ ਜਿਵੇਂ ਨਿਤਨ ਗੜਕਰੀ ਸਾਹਿਬ ਲਗਾਤਾਰ ਮੌਲਕ 'ਚ ਪੂਲ ਸੜਕਾਂ ਬਣਾ ਰਹੇ ਨੇ ਨਾ ਜੀ ਦੇਖੋ ਰੋਜ਼ ਕਿੰਨੇ ਕਿੰਨੇ ਕਿਲੋਮੀਟਰ ਸੜਕ ਸਾਡੇ ਮੌਲਕ 'ਚ ਬਣਦੀ ਆ ਸੜਕਾਂ ਬਣ ਰਹੀਆਂ ਨੇ ਜਦੋਂ ਸੁਖਬੀਰ ਹੁੰਦੀ ਭਾਜਪੀ ਦੇ ਨਾਲ ਸੀ ਪੰਜਾਬ 'ਚ ਵੀ ਚੰਗੀਆਂ ਸੜਕਾਂ ਬਣੀਆਂ ਸੋ ਪੰਜਾਬ ਦੀਆਂ ਸੜਕਾਂ ਕੱਲੀਆਂ ਸੁਖਬੀਰ ਦਾ ਯੋਗਦਾਨ ਨਹੀਂ ਇਹਦੇ 'ਚ ਮਨਮੋਹਨ ਸਿੰਘ ਉਹਨਾਂ ਦਾ ਯੋਗਦਾਨ ਵੀ ਹੈ ਸੁਖਬੀਰ ਦਾ ਯੋਗਦਾਨ ਵੀ ਹੈ ਨਿਤਨ ਗੜਕਰੀ ਦਾ ਯੋਗਦਾਨ ਵੀ ਹੈ ਮਤਲਬ ਭਾਜਪੀ ਦਾ ਯੋਗਦਾਨ ਵੀ ਹੈ ਇਹ ਸਮੁੱਚੇ ਯੋਗਦਾਨ ਨਾਲ ਬਣੀਆਂ ਨੇ ਮਨਮੋਹਨ ਸਿੰਘ ਉਹਨਾਂ ਨੇ ਵੀ ਬੜੀ ਯਤਨ ਪੰਜਾਬ ਇਹਦੀ ਪ੍ਰਵਾਨਗੀ ਮਿਲੀ ਹੋਈ ਐ ਇਹਦੇ ਤੇ ਕੰਮ ਨਹੀਂ ਸ਼ੁਰੂ ਹੋਇਆ ਸੋ ਇਹ ਮੰਗ ਹੋਈ ਐ ਪਾਰਲੀਮੈਂਟ ਦੇ ਵਿੱਚ ਔਰ ਸਬੰਧਤ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਜ਼ਰੂਰ ਇਹਦੇ ਤੇ ਨਜ਼ਰਸਾਨੀ ਕਰਾਂਗੇ ਤੇ ਜਲਦ ਤੋਂ ਜਲਦ ਇਹ ਜਿਹੜਾ ਮਸਲਾ ਹੈ ਇਹਨੂੰ ਅਸੀਂ ਨਿਬੇੜਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਇਹ ਜੇ ਸਾਰੇ ਅਹਿਮ ਮੁੱਦੇ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਚੱਕੇ ਜਾਣੇ ਚਾਹੀਦੇ ਨੇ ਬਲਕਿ ਮੈਂ ਤਾਂ ਇਹ ਕਹਣਾ ਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਗਿਆ ਇਹ ਸਾਰੇ ਵੱਡੇ ਵੱਡੇ ਮੁੱਦੇ ਸਾਡੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ ਇਹ ਆ ਸਕਦੇ ਨੇ ਵਿਧਾਨ ਸਭਾ 'ਚ ਜਾਂਦੇ ਕਿਉਂ ਨਹੀਂ ਮੈਂ ਬੜਾ ਹੈਰਾਨ ਹਾਂ ਜੀ ਇਨਾਂ ਨੂੰ ਵਿਧਾਨ ਸਭਾ 'ਚ ਵੀ ਜਾ ਕੇ ਇਹ ਗੱਲ ਕਰਨੀ ਚਾਹੀਦੀ ਵਿਧਾਨ ਸਭਾ 'ਚ ਵੀ ਤਾਂ ਕਿ ਅਸੀਂ ਆਪਣੀ ਵਿਧਾਨ ਸਭਾ ਦੇ ਵਿੱਚ ਇਹ ਜੇ ਵੱਡੇ ਮਸਲਿਆਂ ਦੇ ਉੱਤੇ ਮਤੇ ਪਾਈਏ ਹੁਣ ਇਸ ਗੱਲ ਦਾ ਸ਼੍ਰੀ ਅਮਰਸਰ ਸਾਹਿਬ ਤੋਂ ਸ਼੍ਰੀ ਬੰਗਾ ਦੇ ਅਮਰਸਰ ਸਾਹਿਬ ਤੋਂ ਬੰਗਾ ਦੇ ਜ਼ਰੀਏ ਸ਼੍ਰੀ ਅਨੰਪੁਰ ਸਾਹਿਬ ਦਾ ਜਿਹੜਾ ਕੌਮੀ ਸ਼ਾਰਾ ਹੈ ਇਹ ਕੇਂਦਰ ਸਰਕਾਰ ਜਲਦ ਤੋਂ ਜਲਦ ਬਣਾਵੇ ਵਿਧਾਨ ਸਭਾ ਜਿਹਦਾ ਵੀ ਮਤਾ ਪੈਣਾ ਚਾਹੀਦਾ ਤਾਂ ਕਿ ਧਿਆਨ ਕੇਂਦਰਿਤ ਹੋਵੇ ਸਾਡੇ ਮੁਲਕ 'ਚ ਜਿਹੜਾ ਮੁੱਦਾ ਅਖਬਾਰਾਂ 'ਚ ਆਵੇ ਟੈਲੀਵਿਜ਼ਨਾਂ 'ਚ ਆਵੇ ਜਿਹੜਾ ਮੁੱਦਾ ਗਗਨਜੀ ਦੇ ਪ੍ਰੋਗਰਾਮ 'ਚ ਚਰਚਾ 'ਚ ਆਵੇ ਉਹਦੀ ਗੱਲ ਜਾਦਾ ਬਣਦੀ ਹੈ ਲੋਕਾਂ ਤਾਂ ਗੱਲ ਜਾਂਦੀ ਹੈ ਇਕੱਲੇ ਸਾਡੇ ਪ੍ਰੋਗਰਾਮ 'ਚ ਨਹੀਂ ਹੋਰ ਵੀ ਬਹੁਤ ਸਾਰੇ ਚੰਗੇ-ਚੰਗੇ ਪ੍ਰੋਗਰਾਮ ਚੱਲਦੇ ਨੇ ਗੱਲ ਹੋਣੀ ਚਾਹੀਦੀ ਹੈ ਜੀ ਤੇ ਡੱਲਾ ਸਾਬ ਇਸ ਦੇ ਨਾਲ ਹੀ ਹੂਲੇ ਮੁਹੱਲੇ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੇ ਵੱਲੋਂ ਕਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਸਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿ ਉੱਥੇ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਲਈ ਕਰੋਨਾ ਟੈਸਟ ਜ਼ਰੂਰੀ ਹੋਵੇਗਾ ਪਰ ਕਿਤਨੇ ਕਿਤੇ ਹੁਣ ਇਹ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ ਕਿ 72 ਘੰਟੇ ਪਹਿਲਾਂ ਜੇਕਰ ਰਿਪੋਰਟ ਹੋਣੀ ਆ ਤਾਂ ਆਨੰਦਪੁਰ ਸਾਹਿਬ ਦਾ ਹੁਲੇ ਮਹਿਲਾ ਸਾਹਿਬ ਨੂੰ ਪਤਾ ਕਿ ਉੱਥੇ ਸੰਕਟਾਂ ਦਾ ਬਹੁਤ ਵੱਡਾ ਲੱਖਾਂ ਚਾਹੁੰਦੇ ਜੀ ਸਰਦਾਰੂ ਲੱਖਾਂ ਚਾਹੁੰਦੇ ਸੋ ਐਡੇ ਵੱਡੇ ਪੱਧਰ ਤੇ ਉੱਤੇ ਟੈਸਟਾਂ ਨੂੰ ਫਿਰ ਪ੍ਰਸ਼ਾਸਨ ਕਿੱਦਾਂ ਅਮਲ ਦੇ ਵਿੱਚ ਲਿਆਏਗਾ ਕਿਉਂਕਿ ਪ੍ਰਸ਼ਾਸਨ ਦੀ ਵੀ ਮਜਬੂਰੀ ਹੈ ਕਿ ਇਸ ਬਹੁਤ ਲਗਾਤਾਰ ਵਾਤੇ ਜਾ ਰਹੇ ਨੇ ਤੇ ਪ੍ਰਸ਼ਾਸਨ ਸੁਰੱਖਿਆ ਤੇ ਮੱਦੇ ਨਜ਼ਰੇ ਕੰਮ ਕਰ ਰਿਹਾ ਦੇਖੋ ਫੈਸਲਾ ਇਹ ਬਹੁਤ ਵੱਡਾ ਹੈ ਜੀ ਪਰ ਚੁਣੌਤੀ ਇਹ ਵੱਡੀ ਹੈ ਕਿ ਇੰਨੇ ਲੋਕਾਂ ਦੇ 72 ਘੰਟੇ ਪਹਿਲਾਂ ਅਗਰ ਲੱਖਾਂ ਲੋ ਤਾਂ ਪੰਜਾਬ ਦੇ ਲੱਖਾਂ ਲੋਕ 72 ਘੰਟੇ ਪਹਿਲਾਂ ਅਗਰ ਟੈਸਟ ਦੰਦੇ ਨਹੀਂ ਤਾਂ ਇਹਦਾ ਮਤਲਬ ਹੈ ਜਾਣ ਤੋਂ 72 ਘੰਟੇ ਪਹਿਲਾਂ ਉਹਨਾਂ ਨੂੰ ਟੈਸਟ ਕਰਾਉਣਾ ਪਊਗਾ ਕਿ ਦੇਖੋ ਇਹ ਤਾਂ ਗੱਲ ਹੈਗੀ ਹੈ ਕਿ ਅੱਜ ਦੇ ਸਮੇਂ ਬਹੁਤ ਸਾਰੀਆਂ ਪ੍ਰਾਈਵੇਟ ਤੇ ਸਰਕਾਰੀ ਲੈਬਸ ਨੇ ਬਹੁਤ ਛੇਤੀ ਛੇਤੀ ਉੱਥੇ ਟੈਸਟ ਹੋ ਸਕਦੇ ਨੇ ਪਰ ਸਰਕਾਰ ਨੂੰ ਇਹਦਾ ਕੋਈ ਬਦਲਵਾ ਪ੍ਰਬੰਧ ਦੇਣਾ ਚਾਹੀਦਾ ਸੀ ਸਰਕਾਰ ਕੋਈ 100 200 ਕੈਂਪ ਹੀ ਲਾ ਦੇ ਪੂਰੇ ਪੰਜਾਬ 'ਚ ਕੈਂਪ ਲਾ ਦੇ ਸਰਕਾਰ ਹਰ ਜ਼ਿਲ੍ਹੇ 'ਚ 100-100 ਕੈਂਪ ਲਵਾ ਦੇਣ ਡਿਪਟੀ ਕਮਿਸ਼ਨਰ ਸਾਹਿਬ ਵੀ ਜਿਨ੍ਹਾਂ ਨੇ ਸ਼੍ਰੀ ਅਨੰਪੁਰ ਸਾਹਿਬ ਜਾਣਾ ਹੋਲੇ ਮੁਹੱਲੇ ਤੇ ਤੁਰੰਤ ਇਹਨਾਂ ਕੈਂਪਾਂ ਦੇ ਵਿੱਚ ਮੁਫਤ ਦੇ ਵਿੱਚ ਆ ਕੇ ਆਪਣੇ ਕੋਵਿਡ ਦਾ ਟੈਸਟ ਕਰਾਓ ਕੱਲਾ ਸਰਕਾਰ ਵੱਲੋਂ ਇਹ ਕਹਿ ਦੇਣਾ ਕਿ ਕੋਵਿਡ ਟੈਸਟ ਜ਼ਰੂਰੀ ਹੈ 72 ਘੰਟੇ ਪਹਿਲਾਂ ਦੀ ਰਿਪੋਰਟ ਇਹ ਪ੍ਰੈਕਟੀਕਲ ਤੌਰ ਦੇ ਉੱਤੇ ਕੀ ਸੰਭਵ ਹੈ ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਠੀਕ ਹੈ ਸੁਰੱਖਿਆ ਦੇ ਮੱਦੇ ਨਜ਼ਰ ਅਜਿਹੇ ਫੈਸਲਿਆਂ ਨਾਲ ਫਾਇਦਾ ਹੋਊਗਾ ਅਗਰ ਕੋਵਿਡ ਟੈਸਟ ਕਰਕੇ ਸਾਡੇ ਲੋਕ ਜਾਂਦੇ ਨੇ ਗਗਨ ਜੀ ਤੇ ਉਹਦੇ ਨਾਲ ਬਾਕੀ ਸਾਰੇ ਸੁਰੱਖਿਅਤ ਰਹਿਣਗੇ ਦੇਖੋ ਪੰਜਾਬ ਚ ਕਿੱਡੇ ਸਾਡੇ ਲੋਕ ਦੁਨੀਆ ਤੋਂ ਚਲੇ ਗਏ ਪਿਛਲੇ ਇੱਕ ਹਫਤੇ ਦੇ ਵਿੱਚ 100 ਤੋਂ ਜ਼ਿਆਦਾ ਲੋਕ ਦੁਨੀਆ ਤੋਂ ਚਲੇ ਗਏ 17 ਤੇ 18 ਤਰੀਕ ਨੂੰ 17 ਨੂੰ 35 18 ਨੂੰ 32 ਲੋਕ ਦੁਨੀਆ ਤੋਂ ਚਲੇ ਗਏ ਆ ਕੇਸ ਸਾਡੇ ਕਿੰਨੇ ਵਧ ਗਏ ਮੈਂ ਤਾਂ ਹੈਰਾਨ ਹ ਬਹੁਤ ਚਿੰਤਾਜਨਕ ਸਥਿਤੀਆਂ ਨੇ ਰਾਤ ਦਾ ਕਰਫਿਊ 9 10 12 ਜ਼ਿਲ੍ਹਿਆਂ ਚ ਮੇਰਾ ਖਿਆਲ ਲੱਗ ਗਿਆ 9 ਤੋਂ 5 ਵਜੇ ਤੱਕ ਕਰਫਿਊ ਹੋ ਗਿਆ ਸਾਰੇ ਇਹਦੀ ਨਿਯਮਾਂ ਦੀ ਪਾਲਣਾ ਕਰੋ ਜੀ ਸੋ ਜ਼ਰੂਰ ਸੁਚੇਤ ਹੋਣ ਦੀ ਤਾਂ ਲੋੜ ਹੈਗੀ ਆ ਸਰਕਾਰ ਨੂੰ ਇਹਨਾਂ ਟੈਸਟਾਂ ਨੂੰ ਲੈ ਕੇ ਵੀ ਕੋਈ ਠੋਸ ਪ੍ਰਬੰਧ ਕਰ ਦੇਣਾ ਚਾਹੀਦਾ। ਸੋ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਦੇ ਵੱਲੋਂ ਵੀ ਗਾਈਡਲਾਈਨਸ ਨੇ ਉਹ ਵੀ ਸਾਨੂੰ ਜ਼ਰੂਰ ਮੰਨਣੀਆਂ ਚਾਹੀਦੀਆਂ ਨੇ ਕਿਉਂਕਿ ਪੰਜਾਬ, ਉੱਤਰ ਪ੍ਰਦੇਸ਼ ਦੇ ਸਮੇਤ ਹਰਿਆਣਾ, ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜੇ ਹੁਣ ਹਾਲਾਤ ਕਾਫੀ ਨਾ ਚੁੱਕ ਹੁੰਦੇ ਜਾ ਰਹੇ ਨੇ ਜ਼ਰੂਰਤ ਹੈ ਕਿ ਇਸ ਇਹਨਾਂ ਦੇ ਵੱਲ ਵੀ ਧਿਆਨ ਦਿੱਤਾ ਜਾਵੇ। ਇਸ ਮਿਲਦੇ ਆ ਤੇ ਖਾਸ ਖਬਰਾਂ ਦਾ ਕਪੜਛਾਨ ਕਰਾਂਗੇ। ਫਿਲਹਾਲ ਤੇ ਲਈ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।